fatto fatto? ਇੱਕ ਕੋਟ ਖਾਲਸਾ ਏਰੀਆ ਦੇ ਵਿੱਚ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਵਿੱਚ ਵੀ ਕੋਈ ਦੋ ਪਾਰਟੀਆਂ ਆਪਸ ਦੇ ਵਿੱਚ ਰਾਜੀਨਾਮੇ ਵਾਸਤੇ ਬੈਠੀਆਂ ਸਨ ਜਿਹਨਾਂ ਦਾ ਆਪਸ ਦੇ ਵਿੱਚ ਰਾਜੀਨਾਮੇ ਦੌਰਾਨ ਹੀ ਜਿਹੜਾ ਉਹਨਾਂ ਦਾ ਆਪਸ 'ਚ ਕੋਈ ਕਹਿ ਸੁਣੀ ਹੋਈ ਅਜੇ 'ਚ ਗੋਲੀ ਚੱਲੀ ਆ ਅਤੇ ਦੋ ਬੰਦਿਆਂ ਦੇ ਰਾਈਟ ਲੈਗ ਦੇ ਉੱਪਰ ਜਿਹੜੀ ਇੰਜਰੀ ਹੋਈ ਹੈ ਇੱਕ ਦੇ ਦਾਤਰ ਦੀ ਕੋਈ ਸੱਟ ਆ ਜਿਹੜੀ ਸੋ ਫਿਰ ਹੁਣ ਜਿਹੜੀ ਇਨਫੋਰਮੇਸ਼ਨ ਮਿਲੀ ਹੁੰਦਾ ਤਿੰਨ ਬੰਦੇ ਇੰਜਰਡ ਨੇ ਅਤੇ ਜ਼ਿਆਦਾ ਸੋਫਾ ਇਹੀ ਹੈ ਕਿ ਆਊਟ ਆਫ ਡੇਂਜਰ ਨੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਸਰ ਕਾਰਨ ਕੀ ਰਿਹਾ ਲੜਾਈ ਦਾ ਇਹਨਾਂ ਦਾ ਕੋਈ ਬੱਚਿਆਂ ਦਾ ਆਪਸ ਦੇ ਵਿੱਚ ਹੁਣ ਤੱਕ ਦੀ ਇਨਫੋਰਮੇਸ਼ਨ ਮੁਤਾਬਕ ਕਿ ਉਹਨਾਂ ਦਾ ਆਪਸ ਦੇ ਵਿੱਚ ਕੋਈ ਕਹਿ ਸੁਣੀ ਹੋਈ ਸੀਗੀ ਜਿਹਦਾ ਹੁਣ ਵੱਡੇ ਬਹਿ ਕੇ ਹੁਣ ਉਹਨਾਂ ਦਾ ਕਰ ਰਹੇ ਸੀਗੇ ਰਾਜੀਨਾਮੇ ਵਾਸਤੇ ਉੱਥੇ ਉਹਨਾਂ ਦਾ ਇਹੋ ਜਿਹੀ ਨਹੀਂ ਜੋ ਵੀ ਇਨਫੋਰਮੇਸ਼ਨ ਅੱਗੇ ਆਏਗੀ ਉਹਦੇ ਮੁਤਾਬਕ ਕਾਰਵਾਈ ਹੋਏਗੀ ਅਤੇ ਤਫਤੀਸ਼ ਸਾਰਾ ਕੁਝ ਸਾਹਮਣੇ ਆ ਜਾਏਗਾ ਅਜੇ ਤਾਂ ਦੇਖ ਰਹੇ ਹਾਂ ਕਰਕੇ ਉਹ ਤੋਂ ਬਾਅਦ ਕਾਰਵਾਈ ਕਰ ਦਾਂਗੇ ਗੁਰਮੇਘ ਸਿੰਘ ਜੀ ਮੇਰਾ ਨਾਮ ਭਾਜੀ ਝਗੜੇ ਦਾ ਰਾਜੀਨਾਮਾ ਸੀ ਭਾਜੀ ਬੱਚੇ ਲੜੇ ਸੀ ਉਹਨਾਂ ਦਾ ਝਗੜਾ ਸੀ ਰਾਜੀਨਾਮਾ ਕਰਨ ਗਿਆ ਆਹ ਭਾਜੀ ਉਹਨਾਂ ਨੇ ਫੋਨ ਕਰਕੇ ਬੁਲਾਇਆ ਸਾਨੂੰ ਭਾਜੀ ਬੁਲਾ ਕੇ ਅੰਦਰ 20-25 ਜਾਣਿਆਂ ਨੇ ਨਾਲੇ ਭਾਜੀ ਫੈਰ ਮਾਰਤੇ ਅਤੇ ਨਾਲੇ ਭਾਜੀ ਸੱਟਾਂ ਲਾਤੀਆਂ ਸਾਡੇ ਹੋਰ ਭਾਜੀ ਗੱਲ ਇੱਦਾਂ ਵੀ ਲਾਟਰੀ ਸਟਾਲ ਹੈਗੇ ਉਹਨਾਂ ਦੇ 2 ਨੰਬਰ ਦੇ ਧੰਦਾ ਚੱਲਦਾ ਸਾਡਾ ਭਾਜੀ ਡੇਅਰੀ ਦਾ ਕੰਮ ਆ ਹਾਂਜੀ ਹਾਂਜੀ ਭਾਜੀ ਕਾਂਗਰਸੀ ਭਾਜੀ ਇਹ ਨਹੀਂ ਪਤਾ ਕੌਣ ਹੈਗੇ 2 ਨੰਬਰ ਹੀ ਧੰਦਾ ਹੈਗਾ ਜੀ ਉਹਨਾਂ ਦਾ ਬਸ ਭਾਜੀ 5 ਫਾਇਰ ਕੀਤੇ ਉਹਨਾਂ ਨੇ ਭਾਜੀ 3 ਸਾਡੇ ਲੱਗੇ ਆ ਤੇ 2 ਭਾਈ ਫਾਇਰ ਕੀਤੇ ਭਾਜੀ ਅਸੀਂ ਕਹਿੰਦੇ ਵੀ ਸਾਡੀ ਸੁਣਵਾਈ ਹੋਣੀ ਚਾਹੀਦੀ ਵੱਧ ਤੋਂ ਵੱਧ ਇਹਦਾ ਹੀ ਰਾਜੀਨਾਮਾ ਕਰਨ ਗਿਆ ਬੱਚੇ ਬੱਚੇ ਲੜੇ ਕਿਤੇ ਅਤੇ ਉਹ ਸਵੇਰ ਦਾ ਫੋਨ ਕਰਨ ਦਾ ਰਾਜੀਨਾਮਾ ਕਰ ਲਓ ਰਾਜੀਨਾਮਾ ਕਰ ਲਓ ਉਹ ਇਕੱਠੇ ਹੋ ਕੇ ਬੈਠੇ ਉਹ ਨਾਨਕੇ ਜਾਂਦੇ ਗਲ ਪੈ ਗਏ ਫਾਇਰ ਕਰ ਦਿੱਤੇ ਉਹਨਾਂ ਨੇ ਭੋਲੇ ਨੇ ਭੋਲੇ ਨੇ ਗੋਲੀਆਂ ਮਾਰਤੀਆਂ ਲੱਤ 'ਚ ਵੱਜ ਗਈ ਆ ਇੱਕ ਮੁੰਡੇ ਦੇ ਮੱਥੇ 'ਚ ਵੱਜ ਗਈ ਆ ਕਿਸੇ 'ਤੇ ਵੱਜ ਗਈ ਆ ਅਤੇ ਉਹ ਬੰਦੇ ਗਏ 20-25 ਉਹ ਗਲ ਪੈ ਗਏ ਪਤਾ ਨਹੀਂ ਵੀ ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ ਇੱਕ ਘੰਟੇ ਦੇ ਵਿੱਚ ਹੱਲ ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ ਵਿਆਹ ਦੇ ਵਿੱਚ ਦੇਰੀ ਪਿਆਰ ਵਿਆਹ ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ ਤੁਰੰਤ ਮਿਲੋ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ ਸੰਪਰਕ ਕਰੋ 97817 71820